ਤੇ ਉਧਰ ਰੂਪਨਗਰ ਵਿਖੇ ਹੋਮਗਾਰਡ ਪੁਲਿਸ ਦੇ ਸਾਬਕਾ ਮੁਲਾਜ਼ਮਾਂ ਵੱਲੋਂ ਧਰਨਾ ਵਿੱਢ ਦਿੱਤਾ ਗਿਆ ਹੈ ਤੇ ਉਹ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਲੜਨ ਦੇ ਮੂਡ ਵਿੱਚ ਨੇ। ਇਹਨਾਂ ਦਾ ਕਹਿਣਾ ਹੈ ਕਿ ਪੈਨਸ਼ਨ ਅਤੇ ਰਿਟਾਇਰਮੈਂਟ ਸਮੇਂ ਫੰਡ ਹੋਮਗਾਰਡ ਮੁਲਾਜ਼ਮਾਂ ਨੂੰ ਨਹੀਂ ਦਿੱਤੇ ਜਾਂਦੇ, ਜਦਕਿ ਉਹ ਆਪਣਾ ਕੰਮ ਬਹੁਤ ਮਿਹਨਤ ਤੇ ਤਨਦੇਹੀ ਦੇ ਨਾਲ ਕਰਦੇ ਨੇ। ਉਹਨਾਂ ਕਿਹਾ ਕਿ ਹੋਮਗਾਰਡ ਮੁਲਾਜ਼ਮਾਂ ਦੇ ਨਾਲ ਇਹ ਵਿਤਕਰਾ ਹੁਣ ਬੰਦ ਕੀਤਾ ਜਾਵੇ ਤੇ ਉਹਨਾਂ ਨੂੰ ਪੰਜਾਬ ਪੁਲਿਸ ਦੇ ਕਾਂਸਟੇਬਲ ਦੇ ਬਰਾਬਰ ਹੀ ਹੱਕ ਅਧਿਕਾਰ ਤੇ ਫੰਡ ਦਿੱਤੇ ਜਾਣ। ਪੀਟੀ 28 ਸਾਲ ਨੌਕਰੀ ਕਰਕੇ ਚਲੇ ਜਾਂਦੇ ਨੇ ਅਤੇ ਖਾਲੀ ਹੱਥ ਘਰ ਨੂੰ ਚਲੇ ਜਾਂਦੇ, ਸਿਰਫ 12,500 ਰੁਪਏ ਦਿੱਤਾ ਜਾਂਦਾ, ਕੋਈ ਪੈਨਸ਼ਨ ਨਹੀਂ, ਕੋਈ ਕੁਝ ਨਹੀਂ ਹੈ। ਕਿ ਉਹ ਜਿਹੜੇ ਪੱਕੇ ਮੁਲਾਜ਼ਮ ਹੈ ਹੋਰ ਉਹਨਾਂ ਨੂੰ ਇਹ ਵਾਸਤੇ ਉਹਨੂੰ 2 ਸਾਲ ਹੋਰ 60 ਸਾਲ ਦਿੰਦੇ, ਉਹਨੂੰ ਤਨਖਾਹ ਵੀ ਵੱਧ ਹੈ ਅਤੇ ਡਿਊਟੀ ਇਹ ਵਰਕਰ ਕਰਦੇ ਹੈ ਅਤੇ ਜ਼ਿਆਦਾ ਬੈਨੀਫਿਟ ਉਹਨਾਂ ਨੂੰ ਮਿਲਦੇ ਹੈ। ਇਹਦੇ ਕਰਕੇ ਇਹ ਸਟ੍ਰਾਈਕ ਤਾਂ ਕੀਤੀ ਗਈ ਹੈ ਵੀ ਜਿਹੜੇ ਉਹਨਾਂ ਨੂੰ ਬੈਨੀਫਿਟ ਮਿਲਦੇ ਹੈ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ, ਇਹਨਾਂ ਨੂੰ ਵੀ ਦਿੱਤੇ ਜਾਣ। ਮੰਗ ਤਾਂ ਮੇਨ ਤਾਂ ਜਦੋਂ ਬਾਕੀ ਮੁਲਾਜ਼ਮਾਂ ਨੂੰ ਵਾਧਾ ਦਿੰਦੇ ਹੈ, ਜਦੋਂ ਉਹ ਮੰਗ ਇਹਨਾਂ ਦੀ ਵੀ ਪੂਰੀ ਹੋਣੀ ਚਾਹੀਦੀ, ਇਹਨਾਂ ਨੂੰ ਵਾਧਾ ਦੇਣਾ ਚਾਹੀਦਾ। ਜਦ ਕੋ 97 ਦੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਸੀ, ਉਸ ਟਾਈਮ ਵੀ ਆਪਣੀ ਕਾਂਗਰਸ ਸਰਕਾਰ ਦੀ ਮਹਿਕਮੇ ਚਿੱਠੀ ਲਿਖੀ ਸੀ ਵੀ ਇਹਨਾਂ ਦੀ ਰਿਟਾਇਰਮੈਂਟ ਕਦੋਂ ਕਰਨੀ ਹੈ, ਵੀ 18 ਤੋਂ 50 ਸਾਲ ਇਹਨਾਂ ਦੀ ਅਠਾਰਾਂ ਤੋਂ 50 ਸਾਲ ਭਰਤੀ ਹੈ, ਉਹਨੂੰ ਰਿਟਾਇਰ ਕਦੋਂ ਕਰਨਾ ਹੈ। ਉਹ ਚਿੱਠੀ ਦਾ ਜਵਾਬ ਇਹ ਆਇਆ ਸੀ ਵੀ ਇਹ ਚਿੱਠੀ ਜਿੱਦਾਂ ਪੱਕੇ ਮੁਲਾਜ਼ਮ ਰਿਟਾਇਰ ਕਰਨੇ, ਉੱਦਾਂ ਇਹਨਾਂ ਨੂੰ ਕਰਨਾ ਹੈ।